ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਨੈਨੋ ਯੂਰੀਆ ਇਹਦੇ ਬਾਰੇ ਕੁਸਟਮ ਪਹਿਲਾਂ ਵੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਪਰ ਕਿਸਾਨ ਵੀਰ ਜਿਹੜੇ ਹੁਣ ਕਾਫੀ ਜ਼ਿਆਦਾ ਜਿਹੜੇ ਵਰਤ ਰਹੇ ਸੀ ਇਹਨੂੰ ਟ੍ਰਾਇਲ ਦੇ ਤੌਰ ਤੇ ਜਾਂ ਵੈਸੇ ਵਰਤਣਾ ਚਾਹੁੰਦੇ ਆ ਕਿ ਇਹਦੀ ਵਰਤੋਂ ਦਾ ਸਹੀ ਤਰੀਕਾ ਕੀ ਹੈ ਕਿੰਨੀ ਆਪਾਂ ਨੂੰ ਵਰਤਣੀ ਚਾਹੀਦੀ ਡੋਸ ਤਾਂ ਕਿ ਜਿਹੜੀ ਹੈਗੀ ਆਪਾਂ ਥੱਲੇ ਜਿਹੜੀ ਯੂਰੀਆ ਛੱਟੇ ਰਾਹੀਂ ਪਾਉਨੇ ਆ ਤੇ ਉਹਦੇ ਬਰਾਬਰ ਜਿਹੜਾ ਆਪਾਂ ਫਾਇਦੇ ਲੈ ਸਕੀਏ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆ ਦਾ ਬਟਨ ਦਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਨੈਨੋ ਯੂਰੀਆ ਕਿਸਾਨ ਵੀਰੋ ਬੇਸਿਕਲੀ ਜਿਹੜਾ ਆਪਾਂ ਯੂਰੀਆ ਗੱਟਿਆਂ ਵਾਲੀ ਕੰਜ਼ੂਮ ਕਰਦੇ ਆ ਛੱਟੇ ਰਾਹੀਂ ਉਹਨੂੰ ਰਿਪਲੇਸ ਕਰਨ ਵਾਸਤੇ ਇਹ ਜਿਹੜੀ ਬਣਾਉਣੀ ਸ਼ੁਰੂ ਕੀਤੀ ਗਈ ਹੈ ਨੈਨੋ ਟੈਕਨੋਲੋਜੀ ਰਾਹੀਂ ਤੇ ਸ਼ੁਰੂਆਤ ਜਿਹੜੀ ਕੀਤੀ ਗਈ ਆ IFCO ਦੁਆਰਾ ਜਿਹੜਾ Indian Farmer Fertilizer Cooperative Limited ਹੈ। ਅ ਨੈਨੋ ਬਾਇਓਟੈਕਨੋਲੋਜੀ ਰਿਸਰਚ ਸੈਂਟਰ ਕਲੋਲ ਗੁਜਰਾਤ ਤੋਂ ਇਹਦੀ ਪ੍ਰੋਡਕਸ਼ਨ ਸ਼ੁਰੂ ਕੀਤੀ ਗਈ ਤੇ ਹੁਣ ਹੋਰ ਪਲਾਂਟਾਂ 'ਚ ਵੀ ਇਹ ਜਿਹੜੀ ਬਣਾਈ ਜਾ ਰਹੀ ਹੈ। 500 ml ਦੀ ਇਹਦੀ ਪੈਕਿੰਗ ਆਉਂਦੀ ਹੈ। ਤੇ ਇਹਦੇ ਫਾਇਦੇ ਕੀ ਕੀ ਆ? ਕਿ ਇੱਕ ਤਾਂ ਜਿਹੜੀ ਇਹਦੀ ਨਾਈਟ੍ਰੋਨ ਯੂਜ਼ ਐਫੀਸ਼ੀਐਂਸੀ ਜ਼ਿਆਦਾ ਕਿਉਂਕਿ ਜਦੋਂ ਆਪਾਂ ਸਪਰੇਅ ਕਰਦੇ ਆਂ ਤਾਂ ਬੂਟੇ ਜਿਹੜੇ ਪੱਤੇ ਆ ਰਹੀਂ ਸਟੋਮੈਟਾ ਦੇ ਰਾਹੀਂ ਇਹ ਜਿਹੜੀ ਹੈਗੀ ਆ ਬੂਟਿਆਂ 'ਚ ਐਂਟਰ ਹੁੰਦੀ ਆ ਫਿਰ ਜਿਹੜੀ ਫਲੋਇਮ ਟਰਾਂਸਪੋਰਟ ਆ ਜਿਹਦੇ ਨਾਲ ਭੋਜਨ ਜਾਂ ਪਾਣੀ ਹੋਰ ਤੱਤ ਜਿਹੜੇ ਮੂਵ ਕਰਦੇ ਆ ਫਲੋਇਮ ਟਰਾਂਸਪੋਰਟ ਦੇ ਰਾਹੀਂ ਇਹ ਬੂਟੇ ਦੇ ਹਿੱਸਿਆਂ ਦੇ ਵਿੱਚ ਸਾਰਿਆਂ 'ਚ ਜਿੱਥੇ ਜ਼ਰੂਰਤ ਹੁੰਦੀ ਆ ਗਰੋਥ ਵਾਸਤੇ ਵਾਧੇ ਵਾਸਤੇ ਫਟਾਰੇ ਵਾਸਤੇ ਬੂਟੇ ਜਿਹੜੇ ਇਹਨੂੰ ਵਰਤਦੇ ਆ ਜਿਹੜੀ ਅ ਵਰਤੋਂ ਤੋਂ ਤੋਂ ਬਾਅਦ ਬਚ ਜਾਂਦੀ ਹੈ ਅਨਰ ਯੂਟਿਲਾਈਜ਼ੀ ਨੂੰ ਕਹ ਦਈਏ ਉਹ ਫਿਰ ਪਲਾਂਟ ਵਕਿਓਲ ਦੇ ਵਿੱਚ ਸਟੋਰ ਹੋ ਜਾਂਦੀ ਹੈ ਤੇ ਜਿਵੇਂ ਜਿਵੇਂ ਬੂਟਿਆਂ ਨੂੰ ਜ਼ਰੂਰਤ ਹੁੰਦੀ ਹੈ ਉਸੇ ਤਰ੍ਹਾਂ ਜਿਹੜੀ ਹੈਗੇ ਬੂਟੇ ਨੂੰ ਵਰਤਦੇ ਰਹਿੰਦੇ ਆ ਜਿਹੜੀ ਆਪਾਂ ਯੂਰੀਆ ਪਾਉਨੇ ਆ ਛੱਟੇ ਰਹੀ ਉਹਦੇ ਵਿੱਚ ਲੌਸ ਜ਼ਿਆਦਾ ਹੁੰਦੇ ਆ ਕਿਉਂਕਿ ਆਪਾਂ ਜ਼ਮੀਨ ਦੇ ਵਿੱਚ ਪਾਉਨੇ ਆ ਖਾਸ ਤੌਰ ਤੇ ਜੇ ਆਪਾਂ ਗਰਮੀਆਂ ਦੇ ਵਿੱਚ ਗੱਲ ਕਰੀਏ ਤਾਂ ਵੋਲੇਟਾਈਜ਼ੇਸ਼ਨ ਲੌਸ ਬਹੁਤ ਹੁੰਦੇ ਆ ਇਸ ਤੋਂ ਇਲਾਵਾ ਲੀਚਿੰਗ ਲਾਸਸ ਬਹੁਤ ਜ਼ਿਆਦਾ ਹੁੰਦੇ ਆ ਜਦੋਂ ਆਪਾਂ ਪਾਣੀ ਲਾਉਂਨੇ ਉਹਦੇ ਨਾਲ ਲੀਚ ਡਾਊਨ ਵੀ ਕਰਦੀ ਹੈ ਤੇ ਥੱਲੇ ਵੀ ਜਿਹੜੀ ਪਾਣੀ ਦੀ ਕੁਆਲਿਟੀ ਨੂੰ ਜਿਹੜਾ ਨਾਈਟ੍ਰੇਟ ਆ ਉਹ ਖਰਾਬ ਕਰਦਾ ਹੈ ਜਿਹੜੀ ਆਪਾਂ ਇਹ ਸਪਰੇਅ ਕਰਕੇ ਵਰਤਾਂਗੇ ਤਾਂ ਇਹਦੇ ਨਾਲ ਜਿਹੜੇ ਹੈਗੇ ਆ ਇਹਦੀ ਯੂਟਿਲਾਈਜੇਸ਼ਨ ਐਫੀਸ਼ੀਐਂਸੀ 80% ਤੋਂ ਵੀ ਜ਼ਿਆਦਾ ਹੈ ਤੇ ਜਿਹੜੀ ਇਹਦੀ ਕਨਸੈਂਟ੍ਰੇਸ਼ਨ ਜੇ ਆਪਾਂ ਕਹ ਲਈਏ ਜਿਵੇਂ ਯੂਰੀਆ ਜਿਹੜੀ ਆਪਾਂ ਵਰਤਦੇ ਉਹਦੇ ਵਿੱਚ 46% ਨਾਈਟ੍ਰੋਜਨ ਹੁੰਦੀ ਹੈ ਤੇ ਜਿਹੜੀ ਇਹ ਹੈ ਇਹਦੇ ਵਿੱਚ ਲਿਕਵਿਡ ਜਿਹੜੀ ਨੈਨੋ ਯੂਰੀਆ ਇਹਦੇ ਵਿੱਚ 40000 ਪੀਪੀਐਮ ਮਤਲਬ 4% ਤ ਤੇ ਇਹ ਆਪਾਂ ਇੱਕ ਗੱਟੇ ਨੂੰ ਰਿਪਲੇਸ ਕਰਨ ਵਾਸਤੇ 2 ਤੋਂ 4 ਐਮਐਲ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਇਹਦੀ ਜਦੋਂ ਆਪਾਂ ਸਪਰੇਅ ਕਰਦੇ ਆ ਤਾਂ ਉਹ ਜਿਹੜੀ ਹੈਗੀ ਆ ਆਪਾਂ ਨੂੰ ਥਿੱਲੇ ਯੂਰੀਆ ਪਾਉਣ ਦੀ ਜ਼ਰੂਰਤ ਨਹੀਂ ਪਊਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਯੂਰੀਆ ਦੇ ਬੈਗ ਨੂੰ ਆਪਾਂ ਇੱਕ ਬੋਤਲ ਦੇ ਰੂਪ ਚ ਰਿਪਲੇਸ ਕਰਾਂਗੇ ਤੇ ਇਹ ਜਿਹੜੀ ਇੱਕ ਬੋਤਲ ਦੀ ਆਪਾਂ ਜਦੋਂ ਸਪਰੇਅ ਕਰਾਂਗੇ ਤਾਂ ਉਹ ਇੱਕ ਗੱਟੇ ਦੇ ਬਰਾਬਰ ਆਪਾਂ ਨੂੰ ਨਤੀਜੇ ਦੇਊ ਤੇ ਝਾੜ ਵੀ ਚੰਗਾ ਰਹੂਗਾ ਇਹ ਤੁਸੀਂ ਟ్రਾਇਲ ਦੇ ਤੌਰ ਤੇ ਵੀ ਵਰਤ ਕੇ ਦੇ ਸਕਦੇ ਆ ਹਾਂ ਸਪਰੇਅ ਕਦੋਂ ਕਰਨੀ ਆ ਜਦੋਂ ਆਪਾਂ ਬੇਸਿਕਲੀ ਜੋ ਡ੍ਰਿੱਲ ਕਰਦੇ ਆਂ ਜ਼ਮੀਨ ਦੇ ਵਿੱਚ ਡੀਏਪ ਵਗੈਰਾ ਸ਼ੁਰੂਆਤ ਦੇ ਵਿੱਚ ਉਹ ਨਾਈਟ੍ਰੋਜਨ ਉਹ ਨਹੀਂ ਆਪਾਂ ਇਹਦੇ ਨਾਲ ਕੱਟ ਕਰਨੀ ਜਿਹੜੀ ਆਪਾਂ ਕੱਲੀ ਯੂਰੀਆ ਪਾਉਣੀ ਆ ਉਹਦੀ ਥਾਂ ਤੇ ਆਪਾਂ ਸਪਰੇਅ ਕਰਨੀ ਆ ਸਪਰੇਅ ਕਰਨੀ ਆ ਆਪਾਂ ਜਦੋਂ ਬੂਟੇ ਗ੍ਰੋਥ ਕਰ ਰਹੇ ਐਕਟਿਵ ਟਿਲਰਿੰਗ ਤੇ ਤੇ ਉਦੋਂ 10-15 ਦਿਨ ਦੇ ਗੈਪ ਤੇ ਬਾਅਦ ਚੋਂ ਜਿਵੇਂ ਕਣਕ ਦੀ ਆਪਾਂ ਗੱਲ ਕਰੀਏ ਤਾਂ ਆਪਾਂ ਬਜਾਈ ਤੋਂ ਤਕਰੀਬਨ 30 ਦਿਨ ਤੇ 32 ਦਿਨ ਤੇ ਇਹਦੀ ਸਪਰੇਅ ਕਰ ਸਕਦੇ ਆਂ ਝੋਨੇ ਦੇ ਵਿੱਚ ਆਪਾਂ ਟਰਾਂਸਪਲੈਂਟ ਕਰਨ ਤੋਂ ਬਾਅਦ ਪਣੀਰੀ ਪੁੱਟ ਕੇ ਲਾਉਣ ਤੋਂ ਬਾਅਦ 20-25 ਦਿਨ ਤੇ ਇਹਦੀ ਪਹਿਲੀ ਸਪਰੇਅ ਕਰ ਸਕਦੇ ਆਂ। ਉਦੋਂ ਬਾਅਦ 10-15 ਦਿਨ ਤੇ ਆਪਾਂ ਦੂਜੀ ਸਪਰੇਅ ਕਰ ਸਕਦੇ ਆਂ। ਸਪਰੇਅ ਇਹਦੀ ਕਰਨੀ ਆ ਸਵੇਰੇ ਜਾਂ ਸ਼ਾਮ ਨੂੰ। ਜੇ ਜਦੋਂ ਉੱਚ ਤਾਪਮਾਨ ਹੁੰਦਾ ਖਾਸ ਤੌਰ ਤੇ ਜੂਨ ਜੁਲਾਈ ਦੇ ਵਿੱਚ ਉਦੋਂ ਆਪਾਂ ਇਹਦੀ ਸਪਰੇਅ ਜਿਹੜੀ ਉਹ ਅ ਦੁਪਹਿਰੇ ਕਰਾਂਗੇ ਤਾਂ ਉਹਦੇ ਨਾਲ ਲੌਸ ਜ਼ਿਆਦਾ ਵਧਣਗੇ। ਸੋ ਸਵੇਰੇ ਸ਼ਾਮ ਹੀ ਕਰੋ ਤੁਸੀਂ। ਕਿਹਾਂੇ ਕਣਕ ਤੇ ਕਰਨੀ ਆ ਸਵੇਰ ਸ਼ਾਮ ਨੂੰ ਜਿਹੜੀ ਸਪਰੇਅ ਕਰਨ ਦੀ ਕੋਸ਼ਿਸ਼ ਕਰੋ ਬਾਅਦ ਦੁਪਹਿਰ ਕਰ ਲਓ। ਤੇ ਸਪਰੇਅ ਕਰਨੀ ਕਿ ਇੱਕਸਾਰ ਜਿਹੜੀ ਸਪਰੇਅ ਹੋਵੇ ਉਹਦੇ ਵਾਸਤੇ ਤੁਸੀਂ ਕੱਟ ਵਾਲੀ ਟੱਕ ਵਾਲੀ ਜੇ ਨੋਜ਼ਲ ਵਰਤੋਂ ਤਾਂ ਬਹੁਤ ਵਧੀਆ ਗੱਲ ਹੈ ਜੇ ਦੂਜੀ ਵਰਤਣੀ ਆ ਉਹ ਤੁਹਾਡੀ ਮਰਜ਼ੀ ਹੈ ਤੇ ਜੇ ਸਪਰੇਅ ਕਰਨ ਤੋਂ 10-12 ਘੰਟੇ ਦੇ ਅੰਦਰ-ਅੰਦਰ ਮੀਂਹ ਪੈ ਜਾਂਦਾ ਤਾਂ ਫੇਰ ਆਪਣੀ ਕਿਸਾਨ ਵੀਰੋਂ ਆਪਾਂ ਨੂੰ ਸਪਰੇਅ ਹੋ ਸਕਦਾ ਦੁਬਾਰਾ ਕਰਨੀ ਪਵੇ ਪਰ ਇਹ ਜਦੋਂ ਆਪਾਂ ਸਪਰੇਅ ਕਰਦੇ ਆ ਨਾਲ ਦੀ ਨਾਲ ਜਿਹੜੀ ਹੈਗੀ ਹੈ ਬੂਟਿਆਂ ਦੇ ਵਿੱਚ ਬੂਟਾਂ ਸਟ੍ਰੋਮੈਂਟਰ ਐਂਟਰ ਹੁੰਦੀ ਕੇ ਇਹਨੂੰ ਬੂਟੇ ਯੂਟਿਲਾਈਜ਼ ਕਰ ਸਕਦੇ ਆ ਕੀਮਤੇ ਦੀ ਤਕਰੀਬਨ ਜਿਹੜੀ ਹੈਗੀ ਤੁਹਾਨੂੰ 240 ਰੁਪਏ ਦੇ ਕਰੀਬ ਇੱਕ ਬੋਤਲ 500 ਐਮਐਲ ਦੀ ਜਿਹੜੀ ਪੈਕਿੰਗ ਆ ਉਹ ਮਿਲੇਗੀ ਤੇ 100% ਵਾਟਰ ਸਾਲੂਬਲ ਕੋਈ ਵੀ ਪ੍ਰੋਡਕਟ ਹੈ ਤੁਸੀਂ ਸਪਰੇਅ ਕਰਨ ਵਾਸਤੇ ਜੇ ਵਰਤਦੇ ਆ ਤਾਂ ਉਹਦੇ ਨਾਲ ਤੁਸੀਂ ਮਿਕਸ ਕਰਕੇ ਜਿਹੜਾ ਵੱਖਰਾ ਘੋਲ ਕੇ ਮਿਕਸ ਕਰਕੇ ਇਹਨੂੰ ਜਿਹੜਾ ਸਪਰੇਅ ਬੇਫਿਕਰ ਹੋ ਕੇ ਕਰ ਸਕਦੇ ਆ ਵਧੀਆ ਨਤੀਜੇ ਤੁਹਾਨੂੰ ਮਿਲਣਗੇ ਇੱਕ ਵਾਰ ਵਰਤ ਕੇ ਦੇਖੋ ਵਧੀਆ ਝਾੜ ਦੇ ਨਤੀਜੇ ਤੁਹਾਨੂੰ ਚੰਗੇ ਝਾੜ ਦੇ ਨਤੀਜੇ ਮਿਲਣਗੇ ਧੰਨਵਾਦ ਸ਼ੁਕਰੀਆ ਮਿਹਰਬਾਨੀ